ਸਕੀਆਂ ਭੈਣਾਂ ਸਮੇਤ ਭਾਖੜਾ ਨਹਿਰ ਵਿੱਚ ਤਿੰਨ ਲੜਕੀਆਂ ਦੀਆਂ ਲਾਸ਼ਾਂ ਬਰਾਮਦ। ਪਟਿਆਲਾ ਦੀ ਸਰਹੰਦ ਨਹਿਰ ਵਿੱਚ ਤਿੰਨ ਲੜਕੀਆਂ ਦੀਆਂ ਲਾਸ਼ਾਂ ਮਿਲਣ ਦੀ ਖਬਰ ਸਾਹਮਣੇ ਆ ਰਹੀ ਹੈ। ਬੀਤੇ ਦਿਨੀ ਇੱਕ ਪਰਿਵਾਰ ਦੀਆਂ ਦੋ ਨਾਬਾਲਗ ਲੜਕੀਆਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੀ ਇੱਕ ਲੜਕੀ ਲਾਪਤਾ ਹੋ ਗਈ ਸੀ। ਇਹਨਾਂ ਦੋਵਾਂ ਪਰਿਵਾਰਾਂ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਤਿੰਨਾਂ ਲੜਕੀਆਂ ਦੀਆਂ ਲਾਸ਼ਾਂ ਭਾਖੜਾ ਵਿੱਚੋਂ ਬਰਾਮਦ ਹੋਈਆਂ ਹਨ। ਤਿੰਨ ਲੜਕੀਆਂ ਨਾਬਾਲਗ ਸਨ। ਲਾਸ਼ਾਂ ਮਿਲਣ ਮਗਰੋਂ ਇਲਾਕੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੜਕੀਆਂ ਦੀ ਉਮਰ 14-15 ਸਾਲ ਦੱਸੀ ਜਾ ਰਹੀ ਹੈ ਅਤੇ ਮ੍ਰਿਤਕ ਲੜਕੀਆਂ ਦੇ ਪਰਿਵਾਰ ਵਾਲਿਆਂ ਨੇ ਰੋਂਦੇ ਹੋਏ ਦੱਸਿਆ ਕਿ ਤਿੰਨੋਂ ਘਰੋਂ ਬਾਹਰ ਨਿਕਲੀਆਂ ਸਨ ਅਤੇ ਭਾਖੜਾ ਇਲਾਕੇ 'ਚ ਦੇਖੀਆਂ ਗਈਆਂ ਸਨ। ਉਹਨਾਂ ਦੱਸਿਆ ਕਿ ਪਰਿਵਾਰ ਅਤੇ ਲੜਕੀਆਂ ਵਿਚਾਲੇ ਕੋਈ ਝਗੜਾ ਵੀ ਨਹੀਂ ਹੋਇਆ ਸੀ, ਫਿਰ ਵੀ ਸਭ ਕੁਝ ਕਿਵੇਂ ਵਾਪਰ ਗਿਆ ਇਸ ਬਾਰੇ ਕੁਝ ਪਤਾ ਨਹੀਂ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਆਰੰਭ ਕਰ ਦਿੱਤੀ ਹੈ। ਇਹ ਇੰਸੀਡੈਂਟ ਜਿਹੜਾ ਹੈਗਾ ਇਹ ਹੋਇਆ ਸੀਗਾ 12 ਤਰੀਕ ਨੂੰ। ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਪਿੰਡ ਭਾਂਦਰੇ 'ਚੋਂ 3 ਕੁੜੀਆਂ ਜਿਨ੍ਹਾਂ ਦੀ ਉਮਰ 14 ਸਾਲ, 15 ਸਾਲ ਅਤੇ 17 ਸਾਲ ਹੈਗੀ ਹੈ, ਇਹ ਮਿਸਿੰਗ ਹੈਗੀਆਂ ਨੇ। ਅਤੇ ਪਰਿਵਾਰ ਵਾਲਿਆਂ ਨੇ 1-2 ਦਿਨ ਆਪਣੇ ਤੌਰ 'ਤੇ ਭਾਲ ਕੀਤੀ, ਜਦੋਂ ਨਹੀਂ ਮਿਲੀਆਂ ਤਾਂ ਇਹਨਾਂ ਨੇ 14 ਤਰੀਕ ਨੂੰ ਸਾਡੇ ਕੋਲ ਆਏ। ਰਜਿਸਟ੍ਰੇਸ਼ਨ ਹੋਈ FIR ਦੀ ਅੰਡਰ 346 ਅਤੇ ਇਹਨਾਂ ਦੇ ਕਹਿਣ 'ਤੇ ਜਿਵੇਂ ਜਿੱਥੇ ਜਿੱਥੇ ਇਹਨਾਂ ਦੀਆਂ ਰਿਸ਼ਤੇਦਾਰੀਆਂ ਸੀਗੀਆਂ, ਸਮਾਣਾ, ਮੁਜ਼ੱਫਰਨਗਰ, ਅਸੀਂ ਰੇਡ ਕੀਤੀਆਂ, ਬਟ ਇਹ ਨਹੀਂ ਮਿਲੀਆਂ। ਕੱਲ੍ਹ 21 ਤਰੀਕ ਨੂੰ ਬੋਡੀਜ਼ ਮਿਲੀਆਂ ਨੇ ਤਿੰਨਾਂ ਦੀਆਂ। 2 ਦੀ ਬੋਡੀ ਮਿਲੀ ਹੈਗੀ ਹੈ ਚੁੱਕੀ 'ਚ, ਨਹਿਰ 'ਚ, ਭਾਖੜਾ 'ਚ, ਅਤੇ 1 ਬੋਡੀ ਮਿਲੀ ਹੈ ਸਾਨੂੰ ਖਨੌਰੀ 'ਚ। ਨਾਮ ਜੀ ਅਸੀਂ ਨਹੀਂ ਡਿਸਕਲੋਜ਼ ਕਰ ਸਕਦੇ। ਇਹਨਾਂ ਦੀ ਉਮਰ ਜਿਹੜੀ ਹੈਗੀ ਹੈ, 1 ਕੁੜੀ ਜਿਹੜੀ 2 ਸਕੀਆਂ ਸਿਸਟਰਸ ਨੇ ਉਹਨਾਂ ਦੀ 14-17 ਸਾਲ ਹੈਗੀ ਹੈ, ਅਤੇ ਬਾਕੀ 1 ਕੁੜੀ ਜਿਹੜੀ ਹੈਗੀ ਹੈ ਉਹ ਇਹਨਾਂ ਦੀ ਕਜ਼ਨ ਹੈਗੀ ਹੈ, ਇਹਨਾਂ ਦੇ ਫਾਦਰ ਦੇ ਮਾਮਾ ਦੀ ਕੁੜੀ ਹੈਗੀ ਹੈ, ਉਹਦੀ ਉਮਰ 15 ਸਾਲ ਹੈ। ਦੇਖੋ ਜੀ, ਜਿਹੜੇ ਇਹਨਾਂ ਦੇ ਪੇਰੈਂਟਸ ਹੈਗੇ ਨੇ, ਫਾਦਰ ਦੇ ਬਿਆਨ 'ਤੇ ਇਹ ਲੱਗਦਾ ਕਿ ਇਹ ਅਮੂਮਨ ਤੌਰ 'ਤੇ ਨਹਾਉਣ ਜਾਂਦੀਆਂ ਸੀਗੀਆਂ ਕੁੜੀਆਂ ਭਾਖੜਾ 'ਚ, ਤਾਂ ਹੋ ਸਕਦਾ ਕਿ ਐਕਸੀਡੈਂਟ ਹੋਵੇ, ਕਿ ਇੱਕ ਕੁੜੀ ਨਹਾਉਣ ਗਈ ਹੋਵੇ ਅਤੇ ਇਹਨੂੰ ਬੰਨ ਕੇ, ਮਤਲਬ ਮੇ ਬੀ ਵਹਾ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਤਾਂ ਉਹ ਜਾਰੀ ਹੋਵੇ, ਅਤੇ ਬਾਕੀ ਦੋਨੋਂ ਕੁੜੀਆਂ ਨੇ ਉਹਨੂੰ ਬਚਾਉਣ ਵਾਸਤੇ ਦੁਪੱਟਾ ਬੰਨਿਆ ਹੋਵੇ। ਦਿਸ ਇਜ਼ 1 ਥਿਊਰੀ। ਇਹਨਾਂ ਦਾ ਥਿਊਰੀ ਕੁੱਡ ਵੀ ਮੇ ਬੀ ਕਿਸੇ ਤਰ੍ਹਾਂ ਦਾ ਇਹਨਾਂ ਦਾ ਆਤਮ ਹੱਤਿਆ ਦਾ ਵੀ ਹੋ ਸਕਦਾ। ਬਾਕੀ ਪੋਸਟਮਾਰਟਮ ਹਜੇ ਚੱਲ ਰਿਹਾ ਹੈ, ਰਿਪੋਰਟ ਪੈਂਡਿੰਗ ਹੈਗੀ ਹੈ, ਜਿਵੇਂ ਵੀ ਰਿਪੋਰਟ ਆਏਗੀ ਤਾਂ ਵੀ ਪ੍ਰੋਸੀਡ। ਹਜੇ ਤੱਕ ਕੋਈ ਫਾਊਲ ਪਲੇ ਨਹੀਂ ਸਾਨੂੰ। ਪੋਸਟਮਾਰਟਮ ਲੇਟ ਆਉਂਦਾ ਹਮੇਸ਼ਾ, ਕੀ ਲੱਗਦਾ ਤੁਹਾਨੂੰ ਇਸ ਚੀਜ਼ ਪਹਿਲਾਂ ਲੱਗਦਾ ਵੀ ਪੋਸਟਮਾਰਟਮ ਜਲਦੀ ਕਰਵਾਇਆ ਜਾਵੇ ਤਾਂ ਜਲਦੀ ਦੀ ਜਿਹੜੀ ਉਹ ਆ ਜਾਏ ਜਿਹੜਾ ਉਹਦਾ ਜਿਹੜਾ। ਹਾਂਜੀ, ਅੱਜ ਸ਼ਾਮ ਤੱਕ ਅਸੀਂ ਐਟਲੀਸਟ ਵੀ ਗੈਟ ਟੂ ਨੋ ਕੀ ਰੀਜ਼ਨ, ਬਾਕੀ ਤਾਂ ਰਿਪੋਰਟ ਜਿਹੜੀ ਹੈਗੀ। ਹਾਂਜੀ, 346 ਦਾ 82 ਨੰਬਰ FIR ਹੈਗੀ ਹੈ, 14 ਤਰੀਕ ਦੀ ਉਹ ਰਜਿਸਟਰ ਹੋਈ ਹੋਈ ਹੈ। ਮੈਮ, ਬਾਹਾਂ ਬੰਨਣ ਦਾ ਕਿਸ ਤਰ੍ਹਾਂ ਲੱਗਦਾ? ਦੋਨੋਂ ਲੜਕੀ ਦੀ 1-1 ਬਾਹ ਬੰਨੀ ਹੋਈ ਹੈ। ਹਾਂਜੀ, ਉਹ ਕੀ ਕਿਸ ਤਰ੍ਹਾਂ ਲੱਗਦਾ, ਕਿਉਂਕਿ ਤੈਰਨ ਵਾਸਤੇ ਜਾਂ ਦੂਜੀ ਨੂੰ ਬਚਾਉਣ ਵਾਸਤੇ ਉਸ ਐਂਗਲ ਨਾਲ ਉਹ ਬਾਹ ਨਹੀਂ ਵੰਡੀ ਜਾਂਦੀ, ਹੋ ਸਕਦਾ ਵੀ ਕਿਸੇ ਨੇ ਜਾਂ ਉਹਨਾਂ ਨੇ ਆਪ ਬਾਹ ਬੰਨ ਕੇ ਉਹ ਜੀ ਪੋਸਟਮਾਰਟਮ ਤੋਂ ਪਤਾ ਲੱਗੇਗਾ, ਕਿਉਂਕਿ ਸਾਡੇ ਕੋਲ CCTV ਫੁਟੇਜ ਹੈਗੀ ਜਿਹਦੇ ਵਿੱਚ ਸਾਫ਼ ਦਿਖ ਰਿਹਾ ਹੈ ਕਿ ਉਹ ਆਪ ਗਈਆਂ ਨੇ। ਠੀਕ ਹੈ, 1 ਨਹੀਂ 2 CCTV ਫੁਟੇਜ ਹੈ ਅਤੇ 3 ਗਵਾਹ ਨੇ, ਆਈ ਵਿਟਨੈਸ ਨੇ, ਜਿਨ੍ਹਾਂ ਨੇ ਇਹਨਾਂ ਨੂੰ ਤਿੰਨਾਂ ਨੂੰ ਇਕੱਲਿਆਂ ਨੂੰ ਜਾਂਦੇ ਹੋਏ ਦੇਖਿਆ ਨਹਿਰ ਵੱਲ, ਤਾਂ ਬਾਕੀ ਪੋਸਟਮਾਰਟਮ 'ਚੋਂ ਪਤਾ ਲੱਗੇਗਾ ਜੇ ਕੋਈ ਇੰਜਰੀ ਹੈਗੀ ਹੈ ਜਾਂ ਕੋਈ ਫੋਰਸ ਯੂਜ਼ ਹੋਈ ਹੈ, ਤਾਂ ਅਸੀਂ ਜਿਵੇਂ ਵੀ ਹੋਊਗੀ ਪੋਸਟਮਾਰਟਮ ਰਿਪੋਰਟ ਅੱਗੇ ਕਾਰਵਾਈ ਕੀਤੀ।